ਤੁਹਾਨੂੰ ਮੈਂ ਦੱਸਦਾ ਵੀ ਕਰਤਾ ਵੀ ਚੱਲਦਾ ਐਨ ਓਕੇ, ਪਰ ਟਾਈਮ ਬਹੁਤ ਲੱਗਦਾ ਇੱਕ ਇੱਕ ਚੀਜ਼ 'ਤੇ, ਕਿਉਂਕਿ ਬਰੀਕੀ ਚੀਜ਼ ਹੈ। ਇੱਕ ਤਾਂ ਘਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇੰਡੀਕੇਟਰ ਨੂੰ ਜਿਹੜੀ ਮਚਾਉਂਦੀ ਹੈ ਤਾਰ ਉਹ ਕਿਹੜੀ ਆ, ਅਤੇ ਜਿਹੜਾ ਅਰਥ ਆਉਂਦਾ ਇਹਦੇ ਵਿੱਚ ਜਿਹਨੂੰ ਬਲੈਕ ਕਾਲੀ ਤਾਰ ਆਪਾਂ ਕਹਿ ਦਿੰਦੇ ਹਾਂ ਅਰਥ ਵਾਲੀ ਤਾਰ, ਵੀ ਉਹ ਕਿਹੜੀ ਆ, ਅਤੇ ਜਿਹੜਾ ਇਕੱਲੇ ਉਸ 'ਤੇ ਮੱਚਦੇ ਨੇ ਮਗਰਲੇ ਬੱਲਬ ਪਾਰਕਿੰਗ ਬੱਲਬ ਜਿਹੜੇ ਹੁੰਦੇ ਨੇ ਇੱਕ, ਵੀ ਉਹ ਕਿਹੜੀ ਤਾਰ, ਇਹ ਚੀਜ਼ ਤੁਹਾਨੂੰ ਧਿਆਨ 'ਚ ਹੋਣੀ ਚਾਹੀਦੀ ਹੈ। ਤਾਂ ਤੁਸੀਂ ਇਹ ਲਾ ਸਕਦੇ ਹੋ ਜੇ ਉਲਟ ਪੁਲਟ ਲੱਗ ਗਈਆਂ ਤਾਂ ਆਹ ਵੀ ਸੜ ਸਕਦੀ ਆ, ਅਤੇ ਤੁਹਾਡੀਆਂ ਤਾਰਾਂ ਵਾਇਰ ਵੀ ਸੜ ਸਕਦੀ ਆ। ਇੰਨੀਆਂ ਚੀਜ਼ਾਂ ਤੁਹਾਨੂੰ ਪਤੀਆਂ ਪਤਾ ਹੋਣੀਆਂ ਚਾਹੀਦੀਆਂ ਨੇ, ਜ਼ਰੂਰੀ ਨੇ ਵੀਰਾ ਬਣ ਕੇ, ਹੈ ਨਾ, ਇਹ ਧਿਆਨ 'ਚ ਰੱਖਿਓ ਗੱਲਾਂ, ਹੈ ਨਾ। ਅਤੇ ਬਾਕੀ ਤੁਸੀਂ ਘਰੇ ਕਰ ਸਕਦੇ ਹੋ, ਕੋਈ ਨੋਰਮਲ ਇੰਡੀਕੇਟਰ ਮਚਾ ਕੇ ਦੇਖੋ ਵੀ ਉਹ 'ਚ ਕਿਹੜੀ ਤਾਰ 'ਚ ਕਰੰਟ ਜਾ ਰਿਹਾ, ਹੈ ਨਾ, ਨੋਰਮਲ ਗੱਲਾਂ ਨੇ। ਐਡਾ ਕੋਈ ਬਹੁਤਾ ਬੜੇ ਨੇ 1000-1500 ਲੈ ਲੈਂਦੇ ਨੇ ਲਾਉਣ ਵਾਲੇ, ਆਪਾਂ ਇਸ ਕਰਕੇ ਤੁਹਾਡਾ ਫਾਇਦਾ ਹੀ ਕਰ ਰਹੇ ਹਾਂ, ਕਿਉਂਕਿ ਮੈਂ ਤਾਂ ਪਹਿਲਾਂ ਆਪ ਇੰਸਟਾਲ ਕੀਤੀਆਂ ਹੋਈਆਂ ਸੀਗੀਆਂ ਇਹ, ਅਤੇ ਸਿਰਫ ਮੈਂ ਤਾਂ ਦੁਬਾਰੇ ਰੀ ਇੰਸਟਾਲ ਕਰ ਰਿਹਾ, ਜਿਹਨੂੰ ਕਹਿੰਦੇ ਆਪਾਂ ਵੀ ਮਤਲਬ ਦੁਬਾਰੇ ਚਾਲੂ ਕਰ ਰਹੇ ਹਾਂ ਉਸ ਚੀਜ਼ ਨੂੰ। ਪਹਿਲਾਂ ਸ਼ੌਂਕ ਸੀਗਾ ਜਦ, ਅਤੇ ਮੈਂ ਪੂਰਾ ਕੀਤਾ ਬਾਈ, ਇਹੋ ਜਿਹੀ ਗੱਲ ਨਹੀਂ ਹੈਗੀ, ਅਤੇ ਆਪ ਘਰੇ ਲਾ ਕੇ ਕੀਤਾ, ਪਾਵਰ ਵਿੰਡੋਆਂ ਵੀ ਕੀਤੀਆਂ ਵੀ ਨੇ ਮੇਰੀਆਂ ਆਪ, ਹੁਣ ਪਾਵਰ ਸਟੇਅਰਿੰਗ ਕਰਨੀ ਹੈ, ਪਾਵਰ ਸਟੇਅਰਿੰਗ ਨਹੀਂ ਹੈਗੀ ਗੱਡੀ, ਉਹਦਾ ਮੈਨੂੰ ਇੰਨਾ ਨੌਲੇਜ ਨਹੀਂ, ਉਹ ਕਰਾਉਣੀ ਪਊਗੀ ਕਿਉਂਕਿ ਉਹ ਵੀ ਇਲੈਕਟ੍ਰੋਨਿਕ ਦਾ ਕੰਮ, ਇਹਦੇ ਕਿਹੜਾ ਟਰੈਕਟਰ ਵਾਲਾ ਪ੍ਰੈਸਰ ਸਟੇਅਰਿੰਗ ਆਉਣਾ, ਦੂਆ ਜੈਕ ਵਾਲਾ, ਇਹ ਤਾਂ ਆਮ ਉਹ ਦੂਆ ਹੁੰਦਾ ਬਿਜਲੀ ਵਾਲਾ, ਮੰਨ ਲਾ ਡੀਸੀ ਕਰੰਟ ਵਾਲਾ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਆ ਸਾਰਿਆਂ ਨੂੰ, ਅਤੇ ਆਪਣੇ ਚੈਨਲ ਐਂਡ ਬਾਲੋਨੀ ਦੇ ਵਿੱਚ ਤੁਹਾਡਾ ਸਵਾਗਤ ਆ ਬਹੁਤ ਬਹੁਤ, ਅਤੇ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਬਾਹਲਾ ਹੀ ਧੰਨਵਾਦ, ਅਤੇ ਜਿਹੜੇ ਹਜੇ ਕਰਨ ਉਹ ਰਹਿੰਦੇ ਨੇ ਉਹ ਵੀਰ ਬਣ ਕੇ ਕਰ ਲਓ, ਠੀਕ ਆ, ਕਿਉਂਕਿ ਆਪਣੀਆਂ ਆਪਣਾ ਬਲੌਗ ਬਸ ਅੱਜ ਦਾ ਸਟਾਰਟ ਹੈ। ਤੁਹਾਨੂੰ ਮੈਂ ਦੱਸਦਾ, ਪਹਿਲਾਂ ਤਾਂ ਆਪਾਂ ਨੇ ਪਵਾ ਕੇ ਲੈ ਕੇ ਆਉਣਾ ਤੇਲ ਮੋਟਰਸਾਈਕਲ 'ਚ ਆਪਣੇ ਵਾਲੇ 'ਚ, ਅਤੇ ਕਦੋਂ ਕੁ ਤਾਰਾਂ ਤੂਰਾਂ ਜੀਆਂ ਲੈ ਕੇ ਆਉਣੀਆਂ ਨੇ ਆਪਣੀ ਗੱਡੀ ਆਹ ਖੜੀ। ਇੱਕ ਤਾਂ ਇਹਦਾ ਇੰਡੀਕੇਟਰ ਨਹੀਂ ਇੱਧਰਲਾ ਚੱਲਦਾ, ਇਹ ਇੱਧਰਲਾ ਆਹ ਇੰਡੀਕੇਟਰ ਖਰਾਬ ਆ, ਇਹ ਦੇਖਣਾ, ਅਤੇ ਦੂਜਾ ਇਹਦੇ ਜਿਹੜੇ ਚੱਕਿਆਂ 'ਚ ਲਾਈਟਾਂ ਲਾਈਆਂ ਸੀਗੀਆਂ ਪਹਿਲਾਂ, ਉਹ ਸਾਰੀਆਂ ਚੱਲਣੋਂ ਹਟ ਗਈਆਂ ਯਾਰ, ਘੈਂਟ ਚੀਜ਼ ਸੀ ਉਹ ਲਾਉਂਦੇ ਹਾਂ। ਅੱਜ ਆਪਾਂ ਨੇ ਕਰਨਾ ਗੱਡੀ ਦਾ ਕੰਮ ਸਟਾਰਟ, ਗੱਡੀ ਦੀ ਲਾਈਟਾਂ ਤੋਂ ਖਰਾਬ ਨੇ ਉਹ ਕਰਨੀਆਂ ਨੇ ਠੀਕ। ਮੈਂ ਬਾਈ ਆਪਣਾ ਪੈਟਰੋਲ ਪੰਪ ਵਾਲਿਆਂ ਨਾਲ ਆਪਣੀ ਆੜੀ ਹੈ, ਆਪਾਂ ਤੇਲ ਆਪ ਪਾਉਂਦੇ ਹਾਂ ਉਰੇ ਆ ਕੇ, ਬਸ ਚੱਲ ਪੂ। ਹਾਂਜੀ ਵੀਰੇ, ਤੁਹਾਨੂੰ ਜਿਵੇਂ ਦੱਸਿਆ ਸੀ ਅੱਜ ਆਪਾਂ ਗੱਡੀ ਦੇ ਜਿਹੜੇ ਇੱਕ ਤਾਂ ਮਗਰਲਾ ਇੰਡੀਕੇਟਰ ਖਰਾਬ ਆ ਇੱਕ ਸਾਈਡ ਵਾਲਾ, ਉਹ ਠੀਕ ਕਰਨਾ, ਅਤੇ ਦੂਜਾ ਉਹਦੇ ਆਪਾਂ ਤੁਹਾਨੂੰ ਦੱਸਿਆ ਵੀ ਉਹਦੇ ਟਾਇਰਾਂ 'ਚ ਇੰਡੀਕੇਟਰ ਜੇ ਲਾਏ ਹੋਏ ਨੇ ਉਹ ਜਿਹੜੇ ਚਿੱਟੇ ਚਿੱਟੇ ਜੇ ਵੀ ਮੱਚਦੇ ਨੇ, ਅਤੇ ਇੰਡੀਕੇਟਰਾਂ 'ਤੇ ਸੰਤਰੀ ਜੇ ਮੱਚਦੇ ਨੇ, ਉਹਦੀਆਂ ਤਾਰਾਂ ਟੁੱਟ ਗਈਆਂ ਸੀਗੀਆਂ, ਉਹ ਵੀ ਅੱਜ ਆਪਾਂ ਕਰਦੇ ਹਾਂ ਕੰਮ। ਅਤੇ ਆਹ ਆਪਣੇ ਪਿੰਡ ਇੱਕ ਛੋਟੀ ਜਿਹੀ ਦੁਕਾਨ ਆ, ਜਾਣੀ ਦੀ ਠੀਕ ਆ, ਸਾਡੇ ਆਲੇ ਦੁਆਲੇ ਪਿੰਡ 'ਚ ਸਾਰੇ ਜਾਣਦੇ ਨੇ, ਮੋਹਣਾ ਮੋਹਣਾ ਮਿਸਤਰੀ, ਡਿਸਾਂ ਵਾਲਾ ਵੀ ਕਹਿ ਦਿੰਦੇ ਨੇ, ਹੈ ਮੋਹਣੇ ਕਹਿੰਦੇ ਨੇ ਡਿਸਾਂ ਵਾਲਾ, ਡਿਸਾਂ ਬਹੁਤ ਬੜੀਆਂ ਬੜੀਆਂ ਲਾਈਆਂ ਹੋਈਆਂ ਨੇ, ਅਤੇ ਉਦੋਂ ਆਪਾਂ ਤਾਰਾਂ ਜੀਆਂ ਲੈ ਕੇ ਚੱਲੇ ਹਾਂ, ਅਤੇ ਇੱਕ ਉਹ ਕਿਹੜੀਆਂ ਕੀ ਕਹਿੰਦੇ ਨੇ ਉਹਨੂੰ, ਟਾਈ ਇੱਕ ਟਾਈਆਂ ਜਿਹਦੇ ਨਾਲ ਤਾਰ ਖੜਦੀ ਹੁੰਦੀ ਆ ਉਹ ਲੈ ਕੇ ਚੱਲੇ ਹਾਂ, ਹਾਂ ਟਾਈ ਲੋਕ, ਅਤੇ ਉਹ ਤੁਹਾਨੂੰ ਜਾ ਕੇ ਦਿਖਾਉਂਦੇ। ਹਾਂਜੀ ਵੀਰੇ, ਆਹ ਸੰਦ ਭਾਂਡਾ ਜੀ ਆਪਾਂ ਉੱਧਰੋਂ ਚੱਕ ਲਿਆਂਦਾ, ਕਿਦਾਂ ਤੁਹਾਨੂੰ ਮੈਂ ਆਪਦੀ ਅਲਮਾਰੀ ਦਿਖਾਊਂਗਾ ਜਿਹਦੇ ਵਿੱਚ ਮੇਰਾ ਇਹ ਸਾਰਾ ਸਮਾਨ ਪਿਆ ਹੁੰਦਾ, ਆਪਣਾ ਟੂਲ ਬਾਕਸ ਵਾਲੇ ਉਹ ਵੀ ਦਿਖਾਵਾਂਗੇ, ਅਤੇ ਆਪਾਂ ਕਰਦੇ ਹਾਂ ਸਟਾਰਟ ਕੰਮ। ਓਕੇ, ਮੈਂ ਕੈਮਰਾ ਟਿਕਾਉਣ ਲੱਗਿਆ। ਆ ਲੈਂਦੀ ਆਪਾਂ ਨੇ ਤਾਰ ਜਿਹੜੀ ਉਹਨੂੰ ਲਾਉਣੀ ਹੈ ਲਾਈਟਾਂ ਨੂੰ, ਅਤੇ ਆਹ ਟਾਈ ਲੋਕ ਹੁੰਦੇ ਨੇ ਜਿਹਦੇ ਨਾਲ ਇਹ ਤਾਰਾਂ ਬਣਾਉਣੀ, ਫਿਰ ਹਿੱਲਣਗੀਆਂ ਨਹੀਂ, ਪਹਿਲਾਂ ਲਾਏ ਨਹੀਂ ਸੀਗੇ ਤਾਂ ਲੋਕ ਲੱਗੇ।
ਮੈਂ ਦੋਏ ਲੈਟਾਂ ਹੋਰ ਦੀ ਉਹਦਾ ਬੱਲਬ ਖਰਾਬ ਆ ਆਪਾਂ ਬੱਲਬ ਲੈਣ ਚੱਲਦੇ ਹਾਂ ਜੇ ਤਾਂ ਜੜੋ ਪ੍ਰੋਬਲਮ ਲੱਗਿਆ ਤਾਂ ਉੱਥੋਂ ਨਹੀਂ ਗਾਹਾਂ ਜਾਣਾ ਪਊਗਾ ਉਹ ਮੈਂ ਦੇਖ ਲਿਆ ਦੇਖੋ ਤੁਹਾਨੂੰ ਦਿਖਾਵਾਂ ਦੋਹਾਂ ਲੈਟਾਂ ਦਾ ਇੱਧਰ ਆਹ ਲਾ ਕੇ ਦੇਖਿਆ ਦੇਖੋ ਆਹ ਬੱਲਬ ਉਹ ਚੜਿਆ ਹੋਇਆ ਆਹ ਆਹ ਸਹੀ ਆ ਚੱਲਦੇ ਹਾਂ हाँ जी भीरे उरे आया सी मैं जरगा इतों समान मिल जाता हों जो अपना टायर च जड़िया लाइटा लाइनिया ने तीन यार एक गिर गई साली कित लैन आया सगा मैं चल दो का जोड़ा मिल जूगा चलो उन्होंने लै चलना यार अज दुकान बंद आ सॉरी आ बल्लभ चल आप कितों होर लै चलते बल्लभ मेरी जेब च है ये जरगा राड़ा साहब गुरद्वारे को मैं थोड़ा दिखा राड़ा साहब गुरद्वारा सा बहुत वधिया उरे जाने दी चलो मैं ये फिर किसी दिन जितने मेरा गेड़ा लग गया मैं वैसे मिलूगा समान सरहदों या कितों होर यार चलो मैं इन्हें फोन करके दे दें जे आए मैं लाए से दो नंबर लगे नहीं यार ठीक है मिल गया बल्लभ भी अपन मिल गया आ चीज मैं दिखा आ जी आ लैन है ना जी ये टायर च लगनी है ये भी अपन मिल गई छोटी बड़ी लैफ्ट राइट आई मिल गई ठीक है दो ये लिया एक आजगढ़ नव लिया ए टंग वी लगू सारी ला के हम दो मतलब चला के दिखा अज तो यार भाई गेड़े ते गेड़ा लग रहा है काफी चलो हाँ मेरे ये मैं बाद च समार लूंगा इनू तो मैं ये होया तारा निकल गई बिचों तो हूँ मैं सोचना भी इन्हें भी स्प्रे कर दे स्प्रे फड़ लिया मैं यार भुल गया पहले यार बाले गेड़े बजे ने अंज तो हाँ जी भीरे मैं बचाले हट गया थी ना उतो कम तो रेड स्प्रे की लोड़ सी तो आप रुड़की आए पवने को ये तो ही लैके जाने आप सारा समान ट्रैक्टर का भी तो गड्डिया का भी जो भी लल्ला भब्बा सारा समान ए टू जेड पुश बस सब कुछ ये तो लैके जाने वाजब रेट से तो समान मिलता जदों मर्जी अपना नौ लेके ले जाए जिम्मे मर्जी ले जाए सत्त लवेंगा पवन जो बंदा आ गया अपनी वीडियो देखे ये अपनी पुरानी यारी है भाई चलो ठीक है फिर ओके जो हूँ आया अपना लोटा लिया स्प्रे मम्मी चाह देख सकते हो भी ठीक आता लाती चलना भीरे उधरला अपना हो गया ठीक है ना सारा कुछ ओके आ एक यार आवाज़ की प्रॉब्लम आ मैक मैं ब्लूटूथ थोड़ा मंगवाना एमाजॉन तो ही मिलता उ मंगवाऊंगा ब्लूटूथ थोड़ा यार आवाज़ की थोड़ी जी प्रॉब्लम आती है जे कि होर मिले चल मलेरकोटले हो या खन्ने कितों तो मैं लियाँगा तो वह सॉरी है यार आवाज़ की प्रॉब्लम मैंने अज वीरा मिलया सी मेरे ताए का मुंडा उन्हें भी मैंने यही गल कही है क्या आवाज़ की थोड़ी जी प्रॉब्लम आती है कोई नहीं वो भी कर दें हिला तो बाकी उधरला हो गया अपना डन इधरला रहा ये आप देखो कर देना ये भी कम लिया मोटरसाइकिल की बैटरी होर लिया ये तो देख लें पता लग जाए भी चलता है कि नहीं चलती है वो उत्ते गर्द पी भी आप पेट्रोल कट के कर देना ओके ओके अपना प्रोजेक्ट डन मैनू कमेंटा में दस दया करो मैं वो तो वह 10-12 मिनट की वीडियो पाँना ना ताकि हर एक बंदा देख सके।
ठीक है ना। तो उस चीज़ का करके मैं पाँगा भी देख सके बड़ा टाइम अजक किसी को भी नहीं होंगे यार क्योंकि हर एक ने अपने काम करने ने रजीवें अगला। तो चलो ठीक है आ वीडियो देखो तो लाइक कमेंट जरूर करा करो भी अगली वीडियो कास्ते बनाव कि चीज़ पर बनाव उसी बनावे आप रब ने जान की दाते ने दिमाग बख्शिया थोड़ा जहा भी यही चीज़ा यार कर सकते आप जो भी है। तो चलो लो भी पुरानी लीड जी थोड़ा मैं कह तारा टुटिया हुई ने तारा ला के उ चलाती अपने वो पहली यार जी नवी हूँ लिया वो लीड च पता नहीं कोई फल्ट है यार ज इंडिकेटर तो बिना लाइट खानी तो बद खी मचती नहीं यार इंडिकेटर आ सही आ देखो ये हम अपने ग्लू जी भर देनी यार देखो आ तारा लाती देख सकते हो ग्लू जी भरती मैं कुछ होर भर दें टांके नहीं टुटन गए ओके। तो हाँ जी भी आ मगर देख सकते हो तुम मगर तो मैं दोवें साइडां ते लाती परली साइड भी उरली साइड भी आ लाइट मैं बिच पाई है पुरानी चलती की यार मैं तो वीडियो बहुत घट बनाई है मैं तो बहुत टाइम खुल जी गया वो लाइट ही नहीं सैट आती पता नहीं तो वध करंट खाती है जो बल्ब कढ़िया करा इंडिकेटर वाला तो वह इंडिकेटर तो मचा करे नहीं ना मचे ही ना करे आखिर में मैं वो टांके ला के आ देखो आ टांके वाला पे ग्लू गन पे ग्लू गन ला के वे यही चलती की बई बन के यार वीडियो बहुत अज जन की जोर कम मान लो शेयर जरूर कर दो मित्रों। तो बाकी चलो थोनों इंडिकेटर से मचा के दिखाना ब Seems like the way to live. Said I should be a big shot. Said I.